ਗੁੱਡੀ ਮਰ ਗਈ ਅੱਜ ਕੁੜੇ, ਸਰਾਣੇ ਧਰ ਗਈ ਛੱਜ ਕੁੜੇ, ਜੇ ਗੁੱਡੀਏ ਤੈਂ ਮਰਨਾ ਸੀ, ਕਿਉਂ ਆਟਾ ਛਾਣ ਕੇ ਧਰਨਾ ਸੀ। ਗੁੱਡੀ ਫੂਕਣ ਦੇ ਨਾਲ ਮੀਂਹ ਦਾ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ, ਇਸ ਵਿੱਚ ਕਈ ਹੋਰ ਗੁੱਝੇ ਭੇਦ ਛੁਪੇ ਹੁੰਦੇ ਆ। ਹਾੜ੍ਹ ਸੌਣ ਦੇ ਦਿਨਾਂ ਵਿੱਚ ਇਹ ਗੁੱਡੀ ਕਿਉਂ ਫੂਕੀ ਜਾਂਦੀ ਸੀ? ਵਿਦਵਾਨਾਂ ਨੇ ਗੁੱਡੀ ਫੂਕਣ ਦੇ ਕਿਹੜੇ ਕਿਹੜੇ ਚਾਰ ਮੇਨ ਕਾਰਨ ਸਿੱਧ ਕੀਤੇ ਆ, ਇਹ ਜਾਣਨ ਦੇ ਲਈ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ, ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰਿਓ ਅਤੇ ਸਾਡਾ ਯੂਟਿਊਬ ਚੈਨਲ ਮੁਲਕ ਪੰਜਾਬ ਸਬਸਕ੍ਰਾਈਬ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਠ ਹਾੜ੍ਹ ਦੀਆਂ ਤਿੱਖੀਆਂ ਧੁੱਪਾਂ ਦੇ ਨਾਲ ਜਦੋਂ ਛੱਪੜ ਟੋਬੇ ਢਾਬਾ ਸੁੱਕ ਜਾਂਦੇ, ਉਹਨਾਂ ਦੀ ਮਿੱਟੀ ਪਾਟ ਜਾਂਦੀ, ਨੀਲੇ ਅਸਮਾਨ ਚੋਂ ਜ਼ਮੀਨ ਤੇ ਨਿਰੀ ਅੱਗ ਵਰ ਰਹੀ ਹੁੰਦੀ, ਉਸ ਵੇਲੇ ਪਿੰਡ ਦੀਆਂ ਸਿਆਣੀਆਂ ਬੀਬੀਆਂ ਇਕੱਠੀਆਂ ਹੋ ਕੇ ਇਹ ਗੁੱਡੀ ਫੂਕਣ ਦੀ ਰਸਮ ਅਦਾ ਕਰਦੀਆਂ ਸੀ। ਸਾਰਿਆਂ ਤੋਂ ਪਹਿਲਾਂ ਇਹ ਮਾਈਆਂ ਵੱਲੋਂ ਸਾਰੇ ਘਰਾਂ ਦੇ ਵਿੱਚੋਂ ਥੋੜੇ ਥੋੜੇ ਚੌਲ, ਕਣਕ, ਆਟਾ, ਸਰੋਂ ਦਾ ਤੇਲ, ਨੂਣ, ਮਿਰਚ, ਮਸਾਲਾ ਜਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਸਾਂਝੇ ਤੌਰ ਤੇ ਇਕੱਠੀਆਂ ਕੀਤੀਆਂ ਜਾਂਦੀਆਂ। ਫਿਰ ਕਿਸੇ ਖਾਲੀ ਪਏ ਘਰ ਵਿੱਚ ਜਾਂ ਕਿਸੇ ਦੇ ਵੱਡੇ ਦਲਾਨ ਦੇ ਵਿੱਚ ਇੱਕ ਪਾਸੇ ਕੜਾਹੀ ਚਾੜ ਕੇ ਗੁਲਗੁਲੇ ਬਣਾਏ ਜਾਂਦੇ, ਪੂੜੇ ਬਣਾਏ ਜਾਂਦੇ, ਖੀਰ ਰਿੰਨੀ ਜਾਂਦੀ ਜਾਂ ਮਿੱਠੀਆਂ ਰੋਟੀਆਂ ਬਣਾਈਆਂ ਜਾਂਦੀਆਂ ਗੁੜ ਘੋਲ ਕੇ, ਤੇ ਨਾਲ ਹੀ ਕੁਝ ਬੀਬੀਆਂ ਇੱਕ ਕੱਪੜਿਆਂ ਦੀ ਗੁੱਡੀ ਬਣਾਉਣੀ ਸ਼ੁਰੂ ਕਰ ਦਿੰਦੀਆਂ। ਅੰਦਰਲੇ ਪਾਸੇ ਰੂੰ ਭਰ ਕੇ ਉੱਪਰ ਰੰਗ ਬਿਰੰਗੇ ਕੱਪੜਿਆਂ ਦੀਆਂ ਟਾਕੀਆਂ ਸਿਉਂ ਕੇ ਇੱਕ ਗੁੱਡੀ ਬਣਾਈ ਜਾਂਦੀ ਤੇ ਗੁੱਡੀ ਨੂੰ ਇੱਕ ਕਾਨਿਆਂ ਦੀ ਸਿੜੀ ਬਣਾ ਕੇ ਉਹਦੇ ਤੇ ਪਾਇਆ ਜਾਂਦਾ। ਉਸੇ ਤਰ੍ਹਾਂ ਹੀ ਇੱਕ ਕੱਪੜੇ ਦੇ ਨਾਲ ਉਸ ਨੂੰ ਢੱਕ ਦਿੱਤਾ ਜਾਂਦਾ, ਜਿੱਦਾਂ ਬਿਲਕੁਲ ਜ਼ਮੀਨ ਤੇ ਇੱਕ ਮੁਰਦਾ ਪਿਆ ਹੁੰਦਾ। ਸੱਚਮੁੱਚ ਦੀ ਹੋਈ ਵੀ ਮੌਤ ਵਾਂਗ ਪਿੰਡ ਦੇ ਜਿਹੜੇ ਵੀ ਲੋਕ ਉੱਥੇ ਆਉਂਦੇ, ਉਹ ਕੱਪੜਾ ਚੱਕ ਕੇ ਗੁੱਡੀ ਦਾ ਮੂੰਹ ਦੇਖਦੇ, ਢੱਕ ਦਿੰਦੇ, ਫਿਰ ਦੂਸਰਾ ਆਉਂਦਾ, ਤੀਸਰਾ ਆਉਂਦਾ ਤੇ ਉਹਦੇ ਸਿਰਹਾਣੇ ਉਸੇ ਤਰ੍ਹਾਂ ਬੀਬੀਆਂ ਬੈਠੀਆਂ ਹੁੰਦੀਆਂ। ਤੇ ਫਿਰ ਜਦੋਂ ਸਾਰੇ ਲੋਕ ਇਕੱਠੇ ਹੋ ਜਾਂਦੇ, ਫਿਰ ਉਸ ਗੁੱਡੀ ਦੀ ਸਿੜੀ ਨੂੰ ਚਾਰ ਜਵਾਨ ਆਪਣੇ ਮੋਢਿਆਂ ਤੇ ਚੁੱਕਦੇ ਤੇ ਪਿੰਡੋਂ ਬਾਹਰ ਬਾਹਰ ਖਾਲੀ ਥਾਂ ਤੇ ਉਹਦਾ ਸੰਸਕਾਰ ਕਰਨ ਲਈ ਤੁਰ ਪੈਂਦੇ। ਗਰਮੀ ਦਾ ਮਹੀਨਾ, ਟਿੱਕੀ ਹੋਈ ਦੁਪਹਿਰ, ਕੱਚੇ ਰਾਹ, ਉੱਡਦੀ ਹੋਈ ਧੂੜ ਤੇ ਇਸ ਕੱਪੜਿਆਂ ਦੀ ਗੁੱਡੀ ਪਿੱਛੇ ਬੀਬੀਆਂ ਦਾ ਆਰਿਆ ਇਕੱਠ ਉੱਚੀ ਉੱਚੀ ਬੈਣ ਪਾ ਕੇ ਸਾਰੇ ਮਾਹੌਲ ਨੂੰ ਸੋਗਮਈ ਕਰ ਦਿੰਦਾ ਸੀ। ਇਹ ਗੁੱਡੀ ਫੂਕਣ ਵੇਲੇ ਜਿਹੜੇ ਬੀਬੀਆਂ ਵੱਲੋਂ ਬੈਣ ਪਾਏ ਜਾਂਦੇ ਸੀ, ਉਹਦੀ ਇੱਕ ਝਲਕ ਆਪਾਂ ਸਾਂਝੀ ਕਰਦੇ ਹਾਂ। ਬੀਬੀਆਂ ਆਪਣੇ ਪੱਟਾਂ ਤੇ ਹੱਥ ਮਾਰ ਕੇ ਕਹਿੰਦੀਆਂ ਹੁੰਦੀਆਂ ਸੀ, ਗੁੱਡੀ ਮਰ ਗਈ ਅੱਜ ਕੁੜੇ, ਸਰਾਣੇ ਧਰ ਗਈ ਛੱਜ ਕੁੜੇ, ਗੁੱਡੀ ਮਰ ਗਈ ਜਾਣ ਕੇ ਹਰਾ ਦੁਪੱਟਾ ਤਾਣ ਕੇ, ਜੇ ਗੁੱਡੀਏ ਤੈ ਮਰਨਾ ਸੀ, ਕਿਉਂ ਆਟਾ ਛਾਣ ਕੇ ਧਰਨਾ ਸੀ, ਨੀ ਤੂੰ ਕੁਝ ਵੀ ਉਮਰ ਨਾ ਪਾਈ ਨੀ, ਤੂੰ ਕਿੱਧਰ ਉਡਾਰੀ ਲਾਈ ਨੀ, ਅੱਡੀਆਂ ਗੋਡੇ ਘਸਾਵਾਂਗੇ, ਮੀਂਹ ਪਏ ਤੋਂ ਜਾਵਾਂਗੇ। ਇਸ ਤਰ੍ਹਾਂ ਦਾ ਬੈਣ ਪਾਉਂਦਾ ਹੋਇਆ ਸਾਰਾ ਹਜੂਮ ਜਦੋਂ ਪਿੰਡੋਂ ਬਾਰ ਬਾਰ ਪਹੁੰਚ ਜਾਂਦਾ ਤੇ ਫਿਰ ਉੱਥੇ ਗੁੱਡੀ ਦਾ ਸੰਸਕਾਰ ਕਰਨਾ ਹੁੰਦਾ ਸੀ। ਪਰ ਇਹ ਸਭ ਕੁਝ ਕਿਉਂ ਕੀਤਾ ਜਾਂਦਾ ਸੀ, ਇਸ ਦੇ ਪਿੱਛੇ ਅਸਲੀ ਮਕਸਦ ਕੀ ਸੀ, ਵਿਦਵਾਨਾਂ ਨੇ ਕਿਹੜੇ ਚਾਰ ਤੱਥ ਕੱਢੇ ਨੇ ਜਿਹੜੇ ਉਸ ਵੇਲੇ ਦੇ ਹਾਲਾਤਾਂ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਮਿਲਦੇ ਜੁੜਦੇ ਸੀ? ਨੰਬਰ 1, ਰੱਬ ਅੱਗੇ ਹਾਲ ਦੁਹਾਈ ਪਾਈ ਜਾਂਦੀ ਸੀ ਕਿ ਮੀਂਹ ਨਾ ਪੈਣ ਦੇ ਕਾਰਨ ਇਸ ਗੁੱਡੀ ਦੀ ਮੌਤ ਹੋਈ ਹੈ, ਕਿਉਂਕਿ ਅਨਾਜ ਖਤਮ ਹੋ ਗਿਆ, ਟੋਬਿਆਂ ਚੋਂ ਪਾਣੀ ਖਤਮ ਹੋ ਗਿਆ, ਇਸ ਲਈ ਇਸ ਭੁੱਖੀ ਧਿਆਈ ਮਾਸੂਮ ਦੀ ਜਾਨ ਚਲੀ ਗਈ। ਇਹ ਸਾਰੇ ਕੰਮ ਲਈ ਜ਼ਿੰਮੇਵਾਰ ਵੀ ਰੱਬ ਨੂੰ ਠਹਿਰਾਇਆ ਜਾਂਦਾ, ਰੋ ਰੋ ਕੇ ਰੱਬ ਅੱਗੇ ਮੀਂਹ ਪਾਉਣ ਦੀ ਫਰਿਆਦ ਕੀਤੀ ਜਾਂਦੀ ਸੀ।
ਇਹਨਾਂ ਗੀਤਾਂ ਦੇ ਵਿੱਚ ਅਸਲ ਮੈਂ ਤਰਲਾ ਹੁੰਦਾ ਸੀ ਜੋ ਰੱਬ ਅੱਗੇ ਕੱਢਿਆ ਜਾਂਦਾ। ਤੇ ਦੂਸਰਾ ਤੱਥ ਵਿਦਵਾਨਾਂ ਨੇ ਕੱਢਿਆ ਕਿ ਜਿਸ ਵੇਲੇ ਇਹ ਗੁੱਡੀ ਫੂਕੀ ਜਾਂਦੀ ਸੀ ਉਦੋਂ ਲੋਕਾਂ ਦੇ ਘਰਾਂ ਚ ਅਨਾਜ ਵੀ ਹੁੰਦਾ ਸੀ ਲੋੜ ਜੋਗਾ, ਤੇ ਖੂਹ ਟੋਬਿਆਂ ਚ ਪਾਣੀ ਵੀ ਹਲੇ ਮੌਜੂਦ ਹੁੰਦਾ ਸੀ। ਪਰ ਸਾਰਾ ਕੁਝ ਹੋਣ ਦੇ ਬਾਵਜੂਦ ਰੱਬ ਅੱਗੇ ਇਹ ਨਕਲੀ ਗੁੱਡੀ ਬਣਾ ਕੇ ਹਾਲ ਦੁਆਈ ਇਸ ਲਈ ਪਾਈ ਜਾਂਦੀ ਸੀ ਕਿ ਜੇ ਹੜ੍ਹ ਸੌਣ ਦੇ ਦਿਨਾਂ ਵਿੱਚ ਇਸ ਸਾਲ ਮੀਂਹ ਨਾ ਪਿਆ ਤੇ ਅਗਲੇ ਸਾਲ ਵਾਸਤੇ ਕੋਈ ਫਸਲ ਨਹੀਂ ਹੋਏਗੀ, ਪਸ਼ੂਆਂ ਵਾਸਤੇ ਚਾਰਾ ਨਹੀਂ ਹੋਏਗਾ, ਖੂਹ ਟੋਬੇ ਛੱਪੜ ਪਾਣੀ ਤੋਂ ਬਿਨਾਂ ਬਿਲਕੁਲ ਸੁੱਕ ਜਾਣਗੇ। ਤੇ ਜਦੋਂ ਇਹ ਸਾਰਾ ਕੁਝ ਵਾਪਰ ਗਿਆ ਉਦੋਂ ਕੱਲੀ ਕੱਪੜਿਆਂ ਦੀ ਗੁੱਡੀ ਨਹੀਂ, ਉਦੋਂ ਹਕੀਕਤ ਵਿੱਚ ਮੌਤਾਂ ਹੋਣਗੀਆਂ। ਉਦੋਂ ਇੱਕ ਗੁੱਡੀ ਨਹੀਂ, ਉਦੋਂ ਪਰਿਵਾਰਾਂ ਦੇ ਪਰਿਵਾਰ ਭੁੱਖ ਦੁੱਖ ਨਾਲ ਤਬਾਹ ਹੋ ਜਾਣਗੇ। ਇਸ ਲਈ ਰੱਬ ਅੱਗੇ ਸਮਾਂ ਰਹਿੰਦੇ ਹੀ ਤਰਲਾ ਕੀਤਾ ਜਾਂਦਾ ਤੇ ਜੇ ਹੁਣ ਮੀਂਹ ਨਾ ਪਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਣਗਿਣਤ ਗੁੱਡੀਆਂ ਇਸ ਸੰਸਾਰ ਤੋਂ ਭੁੱਖ ਦੁੱਖ ਨਾਲ ਤੇਰੀ ਵਜ੍ਹਾ ਕਰਕੇ ਮਰ ਜਾਣਗੀਆਂ। ਉਸ ਵੇਲੇ ਹਾਲਾਤਾਂ ਦੇ ਹਿਸਾਬ ਨਾਲ ਪਰਿਵਾਰ, ਕਬੀਲਾ, ਖਾਨਦਾਨ ਤੇ ਨਸਲਾਂ ਦਾ ਜੀਵਨ ਰੱਬੀ ਰਹਿਮਤ ਉੱਤੇ ਟਿਕਿਆ ਹੁੰਦਾ ਸੀ, ਕਿਉਂਕਿ ਉਦੋਂ ਜ਼ਮੀਨ ਵਿੱਚੋਂ ਪਾਣੀ ਕੱਢਣ ਦੇ ਸਾਧਨ ਨਹੀਂ ਸਨ ਦੁਨੀਆ ਕੋਲੇ। ਵਿਦਵਾਨਾਂ ਮੁਤਾਬਕ ਉਹਨਾਂ ਸਮਿਆਂ 'ਚ ਤਾਂ ਸਾਲ ਵਿੱਚ ਫਸਲ ਵੀ ਇੱਕ ਹੀ ਹੋਇਆ ਕਰਦੀ ਸੀ, ਤੇ ਜੇ ਉਸ ਨੂੰ ਵੀ ਸਮੇਂ ਸਿਰ ਮੀਂਹ ਦਾ ਪਾਣੀ ਨਾ ਮਿਲਿਆ ਤੇ ਉਹ ਵੀ ਨਹੀਂ ਹੋਏਗੀ। ਜੇ ਪਿਛਲਾ ਇਤਿਹਾਸ ਪੜ੍ਹ ਕੇ ਦੇਖੋਗੇ ਬਹੁਤ ਵਾਰੀ ਇਤਿਹਾਸ ਵਿੱਚ ਅਜਿਹਾ ਕਾਲ ਪਿਆ ਜਿਹਦੇ ਨਾਲ ਅਣਗਿਣਤ ਮੌਤਾਂ ਹੋਈਆਂ। ਤੀਸਰਾ ਕਾਰਨ ਵਿਦਵਾਨਾਂ ਨੇ ਇਹ ਲਿਖਿਆ ਕਿ ਜਦੋਂ ਇਹ ਸਾਰਾ ਕੁਝ ਕੀਤਾ ਜਾਂਦਾ ਪਿੰਡ ਦੀਆਂ ਨੌਜਵਾਨ ਕੁੜੀਆਂ, ਛੋਟੇ ਬੱਚੇ ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖਦੇ ਤੇ ਕੰਨਾਂ ਨਾਲ ਸੁਣਦੇ, ਜਿਸ ਕਰਕੇ ਇਸ ਰਸਮ ਦਾ ਸੰਬੰਧ ਆਉਣ ਵਾਲੀ ਪੀੜ੍ਹੀ ਨਾਲ ਜੁੜਿਆ ਹੋਇਆ ਸੀ, ਕਿਉਂਕਿ ਜਵਾਨ ਧੀਆਂ ਧਿਆਣੀਆਂ ਜਿਨ੍ਹਾਂ ਨੇ ਕੱਲ੍ਹ ਨੂੰ ਵਿਆਹ ਕਰਾ ਕੇ ਆਪਣੇ ਸਹੁਰੇ ਘਰੇ ਜਾਣਾ ਤੇ ਕੁਦਰਤ ਦੇ ਦੌਰ ਨਾਲ ਖੁਸ਼ੀ ਨਾਲ ਗਮੀ ਹਰ ਘਰ ਵਿੱਚ ਹਰ ਕਬੀਲੇ ਵਿੱਚ ਵਾਪਰਦੀ ਵਾਪਰਦੀ ਹੈ। ਇਸ ਲਈ ਉਹਨਾਂ ਕੁੜੀਆਂ ਨੂੰ ਗਮੀ ਦੀਆਂ ਰਸਮਾਂ, ਮੌਤ ਦੀਆਂ ਰਸਮਾਂ ਬਾਰੇ ਪਤਾ ਹੋਣਾ ਚਾਹੀਦਾ, ਜੋ ਕੁਝ ਉਹਨਾਂ ਨੇ ਸਹੁਰੇ ਘਰ ਜਾ ਕੇ ਫੇਸ ਕਰਨਾ ਉਹਨਾਂ ਨੂੰ ਪਤਾ ਹੋਵੇ ਕਿ ਇਹਨਾਂ ਰਸਮਾਂ ਨੂੰ ਕਿਵੇਂ ਨਿਭਾਇਆ ਜਾਂਦਾ ਤਾਂ ਕਿ ਉਹ ਦੁੱਖ ਦੀ ਘੜੀ ਵਿੱਚ ਆਪਣੇ ਪਰਿਵਾਰ ਨੂੰ ਸਾਂਭ ਸਕਣ ਤੇ ਸਾਰੇ ਕਿਰਿਆ ਕਰਮ ਸਹੀ ਤਰੀਕੇ ਦੇ ਨਾਲ ਕਰਨ ਵਿੱਚ ਯੋਗਦਾਨ ਪਾ ਸਕਣ। ਇੱਕ ਵਿਦਵਾਨ ਨੇ ਤਾਂ ਇਸ ਨੂੰ ਮੌਤ ਦੀ ਰਹਿਸਲ ਆਖਿਆ ਕਿ ਇਹ ਮੌਤ ਵੇਲੇ ਦੀ ਰਹਿਸਲ ਸੀ ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਦਾ ਕਿ ਇਸ ਵੇਲੇ ਕੀ ਕੁਝ ਤੇ ਕਿਵੇਂ ਕਰਨਾ ਹੁੰਦਾ। ਤੇ ਅਗਲੇ ਕਾਰਨ ਬਾਰੇ ਵਿਦਵਾਨ ਇਹ ਕਹਿੰਦੇ ਨੇ ਕਿ ਜਦੋਂ ਸਾਰਾ ਪਿੰਡ ਇਕੱਠਾ ਹੁੰਦਾ ਲੋਕਾਂ ਨੂੰ ਭਲੀ ਭਾਤ ਪਤਾ ਲੱਗ ਜਾਂਦਾ ਕਿ ਸਾਡੇ ਕੋਲੇ ਅਨਾਜ ਵੀ ਥੋੜਾ ਰਹਿ ਗਿਆ, ਸਾਡੇ ਕੋਲੇ ਪਾਣੀ ਦੇ ਸਰੋਤ ਵੀ ਥੋੜੇ ਰਹਿ ਗਏ ਨੇ, ਜੇ ਮੀਂਹ ਨਾ ਪਿਆ ਤੇ ਹਾਲਾਤ ਵਿਗੜ ਸਕਦੇ ਨੇ, ਅਨਾਜ ਪਾਣੀ ਲੋੜ ਅਨੁਸਾਰ ਵਰਤਣ। ਇਸ ਨਾਲ ਲੋਕਾਂ ਨੂੰ ਇੱਕ ਮੈਸੇਜ ਮਿਲਦਾ ਸੀ, ਸਾਡਾ ਧਰਮ ਤੇ ਸਾਡੇ ਸੱਭਿਆਚਾਰ ਦੇ ਵਿੱਚ ਵਿਸ਼ਵਾਸ ਦੀ ਬਹੁਤ ਵੱਡੀ ਥਾਂ ਹੈ, ਇਸ ਕਰਕੇ ਜੇ ਇਹਨੇ ਇਕੱਠ ਚੋਂ ਕਿਸੇ ਇੱਕ ਦੀ ਅਰਦਾਸ ਵੀ ਰੱਬ ਦੇ ਦੁਆਰੇ ਤੇ ਸੁਣੀ ਗਈ ਤਾਂ ਸਾਰੀ ਲੁਕਾਈ ਦਾ ਫਾਇਦਾ ਹੋ ਜਾਵੇਗਾ। ਇੱਕ ਤਰ੍ਹਾਂ ਨਾਲ ਇਹ ਸਾਂਝੇ ਰੂਪ ਵਿੱਚ ਅਰਦਾਸ ਕੀਤੀ ਜਾਂਦੀ ਸੀ ਮੀਂਹ ਪਵਾਉਣ ਵਾਸਤੇ। ਪਰ ਪਿਛਲੇ ਦਿਨਾਂ 'ਚ ਆਪਾਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਗੁੱਡੀਆਂ ਫੂਕੀਆਂ ਗਈਆਂ, ਰੱਬ ਤੋਂ ਮੀਂਹ ਪਵਾਉਣ ਦੇ ਲਈ ਇਹ ਪੁਰਾਣੀ ਰਸਮ ਕੀਤੀ ਗਈ। ਪਰ ਗੱਲ ਸਮਝਣ ਤੇ ਸੋਚਣ ਵਾਲੀ ਹੈ ਕਿ ਜਿਸ ਧਰਤੀ ਤੇ ਦਾਜ ਦੀ ਖਾਤਰ ਹਜ਼ਾਰਾਂ ਗੁੱਡੀਆਂ ਨੂੰ ਜਿਉਂਦੀਆਂ ਸਾੜ ਦਿੱਤਾ ਗਿਆ ਹੋਵੇ, ਜਿਸ ਧਰਤੀ ਨੂੰ ਅੱਗ ਲਗਾ ਕੇ ਲੱਖਾਂ ਕਰੋੜਾਂ ਜੀਵ ਜੰਤੂ ਜਿਉਂਦੇ ਸਾੜ ਦਿੰਦੇ ਹਾਂ ਅਸੀਂ ਹਰ ਸਾਲ, ਜਿੱਥੇ ਹਰੇ ਦਰੱਖਤਾਂ ਨੂੰ ਲੂਹ ਕੇ ਰੱਖ ਦਿੰਦੇ ਹਾਂ ਅਸੀਂ, ਜਿੱਥੇ ਵਾਤਾਵਰਨ ਅਸੀਂ ਆਪਣੇ ਹੱਥਾਂ ਦੇ ਨਾਲ ਖਰਾਬ ਕੀਤਾ ਹੋਇਆ,
ਤੇ ਜੇ ਉਹਨਾਂ ਹਾਲਾਤਾਂ ਵਿੱਚ ਇੱਕ ਕੱਪੜੇ ਦੀ ਗੁੱਡੀ ਬਣਾ ਕੇ ਰੱਬ ਨੂੰ ਆਖੀਏ ਵੀ ਮੀਂਹ ਪਾ, ਨਹੀਂ ਅਸੀਂ ਮਰ ਚੱਲੇ ਆ, ਤੇ ਸੋਚ ਕੇ ਦੇਖੋ ਰੱਬ ਕੀ ਸੋਚੇਗਾ। ਪਰ ਪੁਰਾਣੇ ਸਮਿਆਂ ਚ ਇਹੀ ਵਾਰ ਰੱਬ ਇੰਨਾ ਮਿਹਰਬਾਨ ਹੋ ਜਾਂਦਾ ਕਿ ਹਲੇ ਗੁੱਡੀ ਫੂਕ ਕੇ ਲੋਕ ਆਪਣੇ ਘਰਾਂ ਚ ਨਹੀਂ ਸੀ ਆਏ ਹੁੰਦੇ ਕਿ ਮੀਂਹ ਦੀਆਂ ਫੁਹਾਰਾਂ ਅਸਮਾਨ ਤੋਂ ਸ਼ੁਰੂ ਹੋ ਜਾਂਦੀਆਂ, ਤੇ ਜਿਹੜੇ ਖੀਰ ਗੁਲਗੁਲੇ ਪੂੜੇ ਬੀਬੀਆਂ ਵੱਲੋਂ ਬਣਾਏ ਹੁੰਦੇ ਸੀ ਉਹ ਸਾਰੇ ਲੋਕਾਂ ਨੂੰ ਖੁਸ਼ੀ ਵਿੱਚ ਵੰਡੇ ਜਾਂਦੇ। ਪਰ ਜਦੋਂ ਮੀਂਹ ਪੈ ਜਾਂਦਾ ਲੋਕਾਂ ਦਾ ਵਿਸ਼ਵਾਸ ਪਹਿਲਾਂ ਨਾਲੋਂ ਰੱਬ 'ਚ ਹੋਰ ਵੱਧ ਜਾਂਦਾ। ਪਰ ਜੋ ਵੀ ਸੀ ਉਹ ਸਮਾਂ, ਜਿਸ ਤਰ੍ਹਾਂ ਦੇ ਵੀ ਸੀ ਸਾਡੇ ਉਹ ਬਜ਼ੁਰਗ, ਪਰ ਕੁਦਰਤ ਨਾਲ ਜੁੜੇ ਹੋਏ ਸਨ। ਚੈਨਲ ਮੁਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।